ਸਤਿ ਸ੍ਰੀ ਅਕਾਲ ਜੀ ਨੌਲੇ ਇਫੈਕਟ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਦੇ ਆਂ ਕੁਝ ਅਜਿਹੇ ਵਰਲਡ ਰਿਕਾਰਡਸ ਦੀ ਜੋ ਆਪਣੇ ਆਪ ਵਿੱਚ ਬਾ ਕਮਾਲ ਹਨ ਕੀ ਤੁਸੀਂ ਕਦੇ ਸੋਚਿਆ ਹੈ ਵੀ ਦੁਨੀਆ ਦੀ ਸਭ ਤੋਂ ਵੱਡੀ ਬੰਦੂਕ ਕਿਸ ਕੋਲ ਹੈ ਤੇ ਉਸ ਦਾ ਸਾਈਜ਼ ਕਿੰਨਾ ਹੈ ਜੇ ਨਹੀਂ ਸੋਚਿਆ ਤਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਦੁਨੀਆ ਦੀ ਸਭ ਤੋਂ ਵੱਡੀ ਵਰਕਿੰਗ ਰਾਈਫਲ ਦਾ ਮਾਲਕ ਜੇਮਸ ਡਿਕਨ ਜੋ ਕਿ ਯੂਨਾਈਟਿਡ ਸਟੇਟਸ ਦੇ ਨੇ ਉਹਨਾਂ ਕੋਲ 10.18 ਮੀਟਰ ਮਤਲਬ 33 ਫੁੱਟ 4 ਇੰਚ ਲੰਮੀ ਵਰਕਿੰਗ ਰਾਈਫਲ ਹੈ ਤੇ 1 ਸਤੰਬਰ 2008 ਵਿੱਚ ਇਸ ਬੰਦੂਕ ਦਾ ਨਾਮ ਗਿਨੀਸ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਦਰਜ ਕੀਤਾ ਗਿਆ ਤੇ ਦੂਜੇ ਨੰਬਰ ਤੇ ਗੱਲ ਕਰੀਏ ਦੁਨੀਆਂ ਦੇ ਸਭ ਤੋਂ ਲੰਬੇ ਇਨਸਾਨ ਦੀ ਇਫ ਦੀ ਹਾਈਟ 252 ਸੈਂਟੀਮੀਟਰ ਮਤਲਬ 8 ਫੁੱਟ 2 ਇੰਚ ਹੈ ਇਹ ਰਿਕਾਰਡ ਬਣਾਉਣ ਵਾਲੇ ਇਨਸਾਨ ਦਾ ਨਾਮ ਸੁਲਤਾਨ ਕੋਸਨ ਹੈ ਜੋ ਕਿ ਤੁਰਕੀ ਦਾ ਰਹਿਣ ਵਾਲਾ ਹੈ ਤੇ ਇਹ ਰਿਕਾਰਡ ਇਹਨਾਂ ਨੇ 9 ਫਰਵਰੀ 2011 ਨੂੰ ਆਪਦੇ ਨਾਮ ਕੀਤਾ ਤੇ ਤੀਜੇ ਨੰਬਰ ਤੇ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਟੈਲੀਫੋਨ ਦੀ ਜੋ 2.47 ਮੀਟਰ ਮਤਲਬ 8 ਫੁੱਟ 1 ਇੰਚ ਉੱਚਾ ਤੇ 6.6 ਮੀਟਰ ਮਤਲਬ 19 ਫੁੱਟ 11 ਇੰਚ ਲੰਬਾ ਹੈ ਤੇ ਇਸ ਦਾ ਭਾਰ 3.5 ਟਨ ਹੈ ਇਸ ਤੋਂ ਕੋਲ ਵੀ ਕੋਈ ਆਸਾਨੀ ਨਾਲ ਨਹੀਂ ਕਰ ਸਕਦਾ ਇਸ ਲਈ ਇਸ ਤੋਂ ਕਾਲ ਕਰਨ ਲਈ ਕ੍ਰੇਨ ਦੀ ਮਦਦ ਲਈ ਜਾਂਦੀ ਹੈ ਤੇ ਚੌਥੇ ਨੰਬਰ ਤੇ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਮਾਰਕਰ ਪੈਨ ਦੀ ਇਹ ਪੈਨ ਜਾਪਾਨ ਵਿੱਚ 5 ਸਤੰਬਰ 2017 ਨੂੰ ਪੇਸ਼ ਕੀਤਾ ਗਿਆ ਸੀ ਜੋ ਕਿ ਗਿਨੀਸ ਬੁੱਕ ਆਫ ਰਿਕਾਰਡ ਵਿੱਚ ਦਰਜ ਹੈ ਇਹ ਪੈਨ 1.6 ਮੀਟਰ ਮਤਲਬ 5 ਫੁੱਟ 6 ਇੰਚ ਲੰਮਾ ਤੇ 25.6 ਸੈਂਟੀਮੀਟਰ ਮਤਲਬ 10.8 ਇੰਚ ਚੌੜਾ ਹੈ ਤੇ ਪੰਜਵੇਂ ਨੰਬਰ ਤੇ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਸੱਪ ਦੀ ਇਹ ਸੱਪ ਯੂਐਸਏ ਵਿੱਚ ਮਿਲਿਆ ਤੇ ਇਸ ਦੀ ਲੰਬਾਈ 7.67 ਮੀਟਰ ਮਤਲਬ 25 ਫੁੱਟ 2 ਇੰਚ ਹੈ 12 ਅਕਤੂਬਰ 2011 ਨੂੰ ਇਸ ਨੂੰ ਗਿਨੀਸ ਬੁੱਕ ਆਫ ਰਿਕਾਰਡ ਵਿੱਚ ਦਰਜ ਕਰ ਲਿਆ ਗਿਆ ਇਸ ਹੀ ਦੁਨੀਆ ਦੇ ਕੁਝ ਅਨੋਖੇ ਵਰਲਡ ਰਿਕਾਰਡਸ ਧੰਨਵਾਦ ਦੋਸਤੋ ਸਾਡਾ ਵੀਡੀਓ ਅੰਤ ਤੱਕ ਦੇਖਣ ਲਈ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੋਨੂੰ ਇਨ੍ਹਾਂ ਵਿੱਚੋਂ ਕਿਹੜਾ ਰਿਕਾਰਡ ਸਭ ਤੋਂ ਚੰਗਾ ਲੱਗਿਆ ਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ